ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ YouTube ਚੈਨਲ ਦੇ ਉੱਪਰ ਦੋਸਤੋ ਸਭ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਆ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਜਿਹੜੇ ਵੀ ਵੀਡੀਓ ਦੇਖ ਰਿਹਾ ਜੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋਹਣੀਆਂ ਸੋਹਣੀਆਂ ਪੱਗਾਂ ਦੀਆਂ ਵੀਡੀਓ ਦੇਖਣ ਲਈ ਤੇ ਪੱਗ ਬੰਨ੍ਹਣੇ ਸਿੱਖਣ ਦੇ ਲਈ ਸੋ ਸਮੇਂ ਸਿਰ ਨਵੇਂ-ਨਵੇਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਪੱਗ ਦੇ ਰਿਗਾਰਡਿੰਗ ਸੋ ਅੱਜ ਵੀਡੀਓ ਲੈ ਕੇ ਆਏ ਹਾਂ ਜੀ ਸਾਈਡ ਤੋਂ ਤੇ ਬੈਕ ਸਾਈਡ ਤੋਂ ਇੱਕ ਜਿਹੜੀ ਆਪਣੀ ਰਾਈਟ ਸਾਈਡ ਹੁੰਦੀ ਆ ਉਦੇ ਉੱਪਰਲੇ ਲੜ ਤੇ ਸਾਈਡ ਤੋਂ ਕਿਵੇਂ ਲਾਉਣੇ ਆ ਸਭ ਤੋਂ ਪਹਿਲਾਂ ਜੀ ਦੇਖੋ ਪਹਿਲਾ ਲੜ ਆਪਾਂ ਮੂੰਹ ਦੇ ਚ ਫੜ ਰੱਖ ਕੇ ਲੜ ਨੂੰ ਸੈਂਟਰ ਤੋਂ ਲਿਆ ਕੇ ਲਾਇਆ ਜਿਹੜਾ ਸੱਜੇ ਪਾਸੇੋਂ ਪਹਿਲਾ ਲੜਾ ਉਹ ਜਿਹੜਾ ਪਹਿਲਾ ਲੜ ਲਾਇਆ ਸੀ ਬਿਲਕੁਲ ਉਹਦੇ ਉੱਪਰ ਲੈ ਗਏ ਮੋਟਾ ਪਾਸਾ ਪੂਣੀ ਦੇ ਉੱਪਰ ਜਾਊਗਾ ਪਤਲਾ ਪਾਸਾ ਥੱਲੇ ਤੇ ਇੱਕ ਗੱਲ ਤਾਂ ਖਾਸ ਧਿਆਨ ਰੱਖੇ ਕਿ ਜਿਹੜਾ ਪਹਿਲਾ ਸਾਰਿਆਂ ਨੂੰ ਲੜ ਲਾਉਣਾ ਉਹਨੂੰ ਜ਼ਿਆਦਾ ਚੌੜਾ ਨਹੀਂ ਕਰਨਾ ਆਪਾਂ ਨੇ ਜਿੰਨਾ ਉਹਦੀ ਪੂਣੀ ਉਹਦੀ ਚੜਾਈ ਆ ਸਿਰਫ ਆਪਾਂ ਉਨਾ ਹੀ ਉਹ ਲੜ ਜਿਹੜਾ ਆਪਾਂ ਰੱਖਣਾ ਹੈਗਾ ਦੂਸਰਾ ਲੜ ਬੈਕ ਸਾਈਡ ਤੋਂ ਹਲਕਾ ਜਿਹਾ ਆਪਾਂ ਦਬਕ ਕੇ ਜਿਹੜਾ ਪਹਿਲਾਂ ਲੜਾ ਉਹਦੇ ਉੱਪਰ ਲੈ ਜਾਣਾ ਉੱਪਰਲੇ ਪਾਸੇ ਉਹਨੂੰ ਲੜਨੂੰ ਚੰਗੀ ਤਰ੍ਹਾਂ ਮੋੜਨਾ ਹੱਥਾਂ ਦੇ ਨਾਲ ਤੇ ਥੱਲੇੋਂ ਪਤਲਾ ਪਾਸਾ ਜਿਹੜਾ ਉਹਨੂੰ ਆਪਾਂ ਖੋਲ ਲੈਣਾ ਤੇ ਪੂਣੀ ਦਾ ਜਿਹੜਾ ਮੋਟਾ ਪਾਸਾ ਹੋਊਗਾ ਸਾਰੇ ਲੜਾਂ ਦੇ ਵਿੱਚ ਉੱਪਰ ਜਾਊਗਾ ਅਗਰ ਇਨ ਕੇਸ ਪੂਣੀ ਦਾ ਪਾਸਾ ਮੋਟਾ ਥੱਲੇ ਆ ਜਾਂਦਾ ਇਹਦਾ ਮਤਲਬ ਆਪਣੀ ਪੂਣੀ ਪੱਗ ਦੀ ਘੁੰਮ ਜਾਂਦੀ ਆ ਸੋ ਉੱਥੇ ਤੁਸੀਂ ਉਹਨੂੰ ਜਤੀ ਉਹਨੂੰ ਸਹੀ ਕਰਨਾ ਕਿਉਂਕਿ ਅਗਰ ਪੂਣੀ ਦਾ ਮੋਟਾ ਪਾਸਾ ਥੱਲੇ ਆ ਜਾਊਗਾ ਤੇ ਆਪਣੀ ਜਿਹੜੀ ਪੱਗ ਆ ਉਨੇ ਸਹੀ ਬੰਨੀ ਜਾਣੀ। ਸੋ ਜਿੰਨੇ ਲੜ ਹੈਗੇ ਆ ਸਾਰੇ ਉਹਨਾਂ ਨੂੰ ਬੈਕ ਸਾਈਡ ਤੋਂ ਮੋੜਨਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਲੜ ਰੱਖਦੇ ਆ। ਉਂਗਲੀ ਤੋਂ ਅੰਗੂਠੇ ਨਾਲ ਉਹਨੂੰ ਆਪਾਂ ਬੈਕ ਸਾਈਡ ਤੋਂ ਫਰੰਟ ਸਾਈਡ ਵੱਲ ਨੂੰ ਮੋੜਨਾ। ਫਰੰਟ ਤੋਂ ਫੇਰ ਬੈਕ ਨੂੰ। ਇਦਾਂ ਕਰਨ ਨਾਲ ਜਿਹੜੇ ਆਪਣੇ ਉੱਪਰਲੇ ਲੜ ਨੇ ਉਹ ਬਣਦੇ ਆ ਦੂਸਰੇ ਨੰਬਰ ਤੇ ਪੱਗ ਦੀ ਸ਼ੇਪ ਜਿਹੜੀ ਵਧੀਆ ਹੁੰਦੀ ਆ ਤੇ ਉਹਨਾਂ ਦੀ ਜਿਹੜੀ ਸਫਾਈ ਹੁੰਦੀ ਆ ਤੇ ਉਹਨਾਂ ਦਾ ਗੈਪ ਆ ਜਿਹੜਾ ਇੱਕੋ ਜਿਹਾ ਰਹਿੰਦਾ। ਅਗਲਾ ਲੜ ਫੇਰ ਉਸੇ ਤਰੀਕੇ ਨਾਲ ਮੋਟਾ ਪਾਸਾ ਉੱਪਰ ਤੇ ਉਂਗਲੀਆਂ ਦੇ ਨਾਲ ਇਸ ਤਰੀਕੇ ਨਾਲ ਲੜ ਨੂੰ ਆਪਾਂ ਮੋੜਨਾ ਸੋ ਇਹ ਜਿਹੜੀ ਵੀਡੀਓ ਸੀਗੀ ਜੀ ਵਲਾਂ ਵਾਲੀ ਸਿੰਪਲ ਪੱਗ ਦੀ ਵੀਡੀਓ ਸੀ ਜਸਟ ਇੱਕ ਸਮਝਾਉਣ ਦੇ ਲਈ ਬਹੁਤ ਛੋਟੀ ਜੀ ਵੀਡੀਓ ਬਣਾਈ ਸੀਗੀ ਪੰਜਾ ਛੇ ਮਿੰਟਾਂ ਦੇ ਵਿੱਚ ਆਪਾਂ ਕਿਦਾਂ ਸਿੰਪਲ ਜਿਹੜੀ ਵਲਾਂ ਵਾਲੀ ਪੱਗ ਬਨ ਸਕਦੇ ਆ ਇਹਦੀ ਜਿਹੜੀ ਮਤਲਬ ਫਰੰਟ ਸਾਈਡ ਦੀ ਵੀਡੀਓ ਚੈਨਲ ਦੇ ਆਪਣੇ ਤੇ ਅਪਲੋਡ ਹੋਈ ਹੋਈ ਆ ਸੋ ਬੈਕ ਸਾਈਡ ਦੀ ਇਹ ਹੁਣ ਤੁਸੀਂ ਜਿਹੜੀ ਦੇਖ ਰਹੇ ਹੋ ਤੋ ਜਿਹੜੇ ਵੀਰੇ ਦੀ ਫਰੰਟ ਦੀ ਵੀਡੀਓ ਦੇਖਣਾ ਚਾਹੁੰਦੇ ਚੈਨਲ ਤੇ ਜਾ ਕੇ ਵਧੀਆ ਵੀਡੀਓ ਦੇਖ ਸਕਦੇ ਹੋ ਬਾਅਦ ਚੋਂ ਜਿੰਨੇ ਆਪਣੇ ਲੜਨੇ ਜੀ ਲਾਸਟ ਲੜ ਲਾਉਣ ਤੋਂ ਪਹਿਲਾਂ ਇਕੱਲੇ ਗੱਲਿਆਂ ਨੂੰ ਆਪਾਂ ਜਿਹੜਾ ਕਿ ਸੈੱਟ ਕਰ ਲੈਣਾ ਅਗਲਾ ਲੜ ਫੇਰ ਉਸੇ ਤਰੀਕੇ ਨਾਲ ਪੋਣੀ ਦਾ ਮੋਟਾ ਪਾਸਾ ਉੱਪਰ ਜਾਊਗਾ ਪਤਲਾ ਪਾਸਾ ਫੇਰ ਥੱਲੇ ਆਊਗਾ ਤਾਂ ਜੇ ਮੇਨ ਚੀਜ਼ ਇਹ ਆ ਕਿ ਪੂਣੀ ਜਿਹੜੀ ਆਪਣੀ ਉਹਦਾ ਮੋਟਾਪਾਸਾ ਉੱਪਰ ਹੋਣਾ ਚਾਹੀਦਾ ਜਿਹੜੇ ਖੁੱਲਦੇ ਪਾਸੇ ਨੇ ਦੋ ਖੁੱਲਦੇ ਦੋ ਲੜਨੇ ਥੱਲੇ ਹੋਣੇ ਚਾਹੀਦੇ ਨੇ ਤੇ ਉੱਪਰਲੇ ਪਾਸੇ ਜਿੱਦਾਂ ਜਦੋਂ ਲੜ ਰੱਖ ਕੇ ਲਾਉਣਾ ਲਾਉਣ ਤੋਂ ਪਹਿਲਾਂ ਉਹਨੂੰ ਉਂਗਲੀ ਤੇ ਅੰਗੂਠੇ ਨਾਲ ਜਿਹੜਾ ਕਿ ਆਪਾਂ ਥੋੜਾ ਥੋੜਾ ਮੋੜਦੇ ਜਾਣਾ ਉਂਗਲੀਆਂ ਨਾਲ ਉੱਪਰੋਂ ਤੇ ਉਹਦੇ ਨਾਲ ਕੀ ਆਪਣੇ ਜਿਹੜੇ ਪੇਚ ਆ ਉੱਪਰੋਂ ਬਣਦੇ ਜਾਣੇ ਸੋ ਲਾਸਟ ਲੜ ਇਹ ਆਪਾਂ ਇਹਦੀ ਜਿਹੜੀ ਕਲਿੱਪ ਆ ਤੁਹਾਨੂੰ ਅੱਗੇ ਉਹ ਵੀ ਦਿਖਾਵਾਂਗੇ ਲਾਸ ਲੜ ਜਦੋਂ ਆਪਾਂ ਲਾਉਣਾ ਇਹਨੂੰ ਦੋ ਤਰੀਕਿਆਂ 'ਚ ਆਪਾਂ ਲਾ ਸਕਦੇ ਹਾਂ ਅਗਰ ਬਲ ਵਾਲੀ ਪੱਗ ਆ ਫਿਰ ਤਾਂ ਇਹ ਚਾਹੇ ਇਹਨੂੰ ਸਾਫ਼ ਲਾ ਲਓ ਬਲਾਂ ਵਾਲਾ ਲਾ ਲਓ ਦੋਨੇ ਤਰੀਕੇ ਨਾਲ ਜਿਹੜਾ ਚੱਲ ਜਾਂਦਾ ਸੋ ਜਦੋਂ ਪੇਚਾਂ ਵਾਲੀ ਪੱਗ ਹੁੰਦੀ ਹੈ ਫਿਰ ਆਪਾਂ ਨੂੰ ਲੜ ਜਿਹੜਾ ਸਾਫ਼ ਹੀ ਲਾਉਣਾ ਪੈਂਦਾ ਕਿਉਂਕਿ ਦੂਸਰੀ ਸਾਈਡ ਆਪਣੀ ਸਫਾਈ ਕੀਤੀ ਹੁੰਦੀ ਹੈ ਸੋ ਹੁਣ ਆ ਸਾਫ਼ ਵੀ ਆਪਾਂ ਤੁਹਾਨੂੰ ਦਿਖਾਤਾ ਲੜ ਤੇ ਅਗਰ ਹੁਣ ਇਹਦੇ ਵਿੱਚ ਆਪਾਂ ਪਰ ਆਪਾਂ ਲਾਵਾਂਗੇ ਇਹਨੂੰ ਬਲਾਂ ਵਾਲਾ ਬਲ ਪਾਉਣ ਦੇ ਲਈ ਸਿੰਪਲ ਅਗਰ ਜਿਹੜਾ ਜਿਵੇਂ ਲੜ ਹੁੰਦਾ ਉਹਨੂੰ ਐਸ ਇਟ ਓਵੇਂ ਲਾ ਦੇਣਾ ਅਗਰ ਬਾਲੋ ਦੇ ਵਿੱਚ ਪਾਉਣੇ ਆ ਸਿੰਪਲ ਜਦੋਂ ਆਪਾਂ ਲੜ ਨੂੰ ਦੋਨਾਂ ਸਾਡੇ ਤੋਂ ਅੰਦਰ ਨੂੰ ਫੋਲਡ ਕਰਦੇ ਆ ਉਸ ਦੀ ਸੈਟਿੰਗ ਨਹੀਂ ਕਰਨੀ ਉਹਨੂੰ ਉਵੇਂ ਹੀ ਰੱਖ ਲੈਣਾ ਉਹਦੇ ਵਿੱਚ ਬਲ ਜਿਹੜੇ ਪੈ ਜਾਣਗੇ ਤੇ ਲਾਉਣਾ ਵੀ ਇਹਨੂੰ ਆਪਾਂ ਬਿਲਕੁਲ ਸਿੱਧਾ ਹੀ ਆ ਬਿਨਾ ਪੱਗ ਪੈਣ ਤੋਂ ਸਿੰਪਲ ਤਰੀਕਾ ਨਾ ਜਿਹੜਾ ਲਾਸਟ ਲੜ ਜਿੱਥੇ ਆਪਾਂ ਪੱਗ ਪੈਣ ਲਾ ਕੇ ਮੋੜਦੇ ਆ ਉੱਥੇ ਜਾ ਕੇ ਦੀ ਜਿਹੜੀ ਚੜਾਈ ਆ ਉਹ ਕਟਾ ਲੈਣੀ ਆ ਤੋਂ ਇਹਦਾ ਜਿਹੜਾ ਫਰੰਟ ਸਾਈਡ ਵਾਲਾ ਟਿਊਟੋਰੀਅਲ ਆ ਪੰਜ ਜਿਹੜੇ ਮੈਂਟਲ ਦੇ ਵਿੱਚ ਬਣੀਆਂ ਜਾਂਦੀਆਂ ਪੱਗ ਸੌਖੇ ਤਰੀਕਾ ਉਹ ਚੈਨਲ ਤੇ ਤੁਸੀਂ ਵੀਡੀਓ ਉਹਦੇ ਜਿਹੜੀ ਦੇਖ ਸਕਦੇ ਹੋ ਸੋ ਹੁਣ ਜਿਹੜੀ ਵਾਰੀ ਆਉਂਦੀ ਆ ਆਪਣੇ ਸਿਰ ਕਵਰ ਕਰਨ ਦੀ ਸਿਰ ਕਿਦਾਂ ਟਿਕਾਣਾ ਜੀ ਸਾਰਿਆਂ ਤੋਂ ਜਿਹੜਾ ਪਹਿਲਾ ਲੜ ਲਾਇਆ ਸੀ ਜਦੋਂ ਲੜ ਆਪਾਂ ਮੂੰਹ ਦੇ ਵਿੱਚ ਰੱਖ ਕੇ ਲੈ ਕੇ ਗਏ ਸੀ ਉਹ ਲੜ ਨੂੰ ਉੱਪਰ ਵੱਲ ਖੋਲ ਲੈਣਾ ਜੀ ਖੋਲ ਕੇ ਸਿਰ ਦੇ ਉੱਪਰ ਪਿਸ਼ਾ ਕੇ ਦੋਨਾਂ ਸਾਈਡਾਂ ਤੇ ਕਵਰ ਕਰਕੇ ਫਿਰ ਜਿਹੜਾ ਮੂੰਹ ਵਾਲਾ ਲੜਾ ਉਹਨੂੰ ਚੰਗੀ ਤਰ੍ਹਾਂ ਖਿੱਚ ਦਿੰਦਾ ਖਿੱਚਣ ਦੇ ਨਾਲ ਕੀ ਹੁੰਦਾ ਜਿਹੜਾ ਬਾਧੂ ਫालतू ਕਪੜਾ ਹੁੰਦਾ ਉਹ ਖਿੱਚਿਆ ਜਾਂਦਾ ਢਿੱਲ ਉਹਦੀ ਨਿਕਲ ਜਾਂਦੀ ਹੈ ਸੋ ਬਾਜ ਦੇ ਨਾਲ ਬਾਧ ਦੇ ਵਿੱਚ ਉੱਪਰਲੇ ਲੜਾਂ ਦੇ ਵਿੱਚ ਬਾਜ ਫੇਰ ਕੇ ਉਹਦੀ ਨਾਲ ਜਿਹੜੀ ਸਫਾਈ ਉਹ ਕਰ ਲੈਣੀ ਆ ਇਦੇ ਲਈ ਤੁਸੀਂ ਡਬਲ ਸ਼ੀਸ਼ੇ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਡਬਲ ਸ਼ੀਸ਼ੇ ਨਾਲ ਆਇਆ ਕਿਤੇ ਆਪਣਾ ਸਿਰ ਨੰਗਾ ਹੁੰਦਾ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਕਿਸੇ ਲੜ ਦੇ ਵਿੱਚ ਜਿਹੜੀ ਸਫਾਈ ਆ ਹੋ ਰਹੀਦੀ ਹੁੰਦੀ ਆ ਉਹ ਪਤਾ ਲੱਗ ਜਾਂਦੀ ਆ ਸੋ ਨਵੇਂ-ਨਵੇਂ ਵੀਡੀਓ ਦੇ ਲਈ ਹੋਰ ਅਪਡੇਟ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਦਵਾ ਦਿਓ ਮਿਲਦੇ ਆਂ ਬਹੁਤ ਜਲ ਅਗਲੀ ਵੀਡੀਓ ਦੇ ਨਾਲ ਸੋ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ